ਹਲਕਾ ਬੁੱਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਅੱਜ ਘਰੇਟਾ ਦਾ ਦੌਰਾ ਕਰ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਸੁਣ ਕੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਲਈ ਹਰ ਯਤਨ ਕੀਤੇ ਜਾ ਰਹੇ ਹਨ। ਉੱਥੇ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਰੁਕੇ ਹੋਏ ਵਿਕਾਸ ਕੰਮਾਂ ਨੂੰ ਜਲਦ ਸ਼ੁਰੂ ਕਰਵਾ ਕੇ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਘਰੇਟਾ ਦੇ ਲੋਕਾਂ ਵੱਲੋਂ ਮੰਗ ਹੈ ਕਿ ਲੁਧਿਆਣਾ ਲਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ। ਤੇ ਉਹਨਾਂ ਨੇ ਕਿਹਾ ਕਿ ਘਰੇਟਾ ਦੇ ਲੋਕਾਂ ਲਈ ਜਲਦ ਪਾਰਕ ਬਣਵਾ ਦਿੱਤਾ ਜਾਵੇਗਾ ਅਤੇ ਸਭ ਤਹਿਸੀਲ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਨਿਜਾਤ ਦਿਵਾਈ ਜਾਵੇਗੀ। ਉੱਥੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਐਨਓਸੀ ਲੈਣ ਲਈ ਜਿਹੜੀ ਵੀ ਦਿੱਕਤ ਆ ਰਹੀ ਹੈ ਉਸ ਦਾ ਵੀ ਜਲਦ ਛੁਟਕਾਰਾ ਕੀਤਾ ਜਾਏਗਾ। ਦੇਖੋ ਵਾਰੀ ਵਾਰੀ ਲਗਭਗ ਬਰੇਟਾ ਆਉਂਦੀ ਰਹਿੰਦੇ ਆ ਆਪਣੀ ਕੰਸਟੀਚੂਸੀ ਹੈ, ਕਿਤੇ ਬੋਹਾ ਕਿਤੇ ਬਰੇਟਾ ਕਿਤੇ ਬੁਢਲਾਡਾ, ਲਗਭਗ ਮੇਰਾ ਦਫ਼ਤਰ ਖੁੱਲ੍ਹਾ ਹੁੰਦਾ ਹੈ ਉੱਥੇ ਹੁੰਦਾ 12 ਵਜੇ ਤੱਕ ਮੈਂ, ਜਿਸ ਤੋਂ ਬਾਅਦ ਬਰੇਟਾ ਨਹੀਂ ਆਇਆ ਸੀ। ਅਤੇ ਕਿਤੇ ਵੱਖ ਵੱਖ ਥਾਵਾਂ 'ਤੇ ਬਹਿ ਕੇ ਜੋ ਮੁਸ਼ਕਲਾਂ ਨੇ ਉਹਨਾਂ ਕਰਕੇ ਜਾਣਕਾਰੀ ਮੈਨੂੰ ਵੀ ਮਿਲਦੀ ਹੈ ਕਿ ਮੇਰੇ ਹਲਕੇ 'ਚ ਕੀ ਸਮੱਸਿਆ ਆ ਰਹੀਆਂ ਨੇ। ਜਿਸ ਤਰ੍ਹਾਂ ਕਿ ਹੁਣ ਦੱਸਿਆ ਕਿ ਬਰੇਟਾ ਜਿਹੜਾ ਹੈਗਾ ਉਹਦਾ ਜਿਹੜਾ ਨਕਸ਼ਾ ਪਾਸ ਕਰਨਾ, ਇਹਨੂੰ ਉਹਦਾ ਹੋਰ ਕਰਨਾ, ਉਹਦਾ ਸਾਡੇ ਬੁਢਲਾਡੇ ਨਾਲ ਵੱਧ ਰੇਟ ਹੈ। ਇਹ ਪਹਿਲਾਂ ਪਤਾ ਲੱਗਿਆ ਸੀ, ਅਸੀਂ ਮਤਾ ਪਾਇਆ, ਮਤਾ ਪਾ ਕੇ ਈ ਡੀ ਸੀ ਨੂੰ ਭੇਜਿਆ, ਉੱਥੋਂ ਥੋੜ੍ਹੀ ਜਿਹੀ ਓਬਜੈਕਸ਼ਨ ਲੱਗ ਕੇ ਆ ਗਿਆ, ਉਹ ਠੀਕ ਹੋ ਜੂਗਾ, ਇੱਥੋਂ ਕਰਵਾ ਲਾਂਗੇ। ਅੱਜ ਜਿਵੇਂ ਆਇਆ ਬਰੇਟਿਆਂ ਤੋਂ ਇੱਕ ਬੱਸ ਚਾਹੀਦੀ ਲੁਧਿਆਣੇ ਨੂੰ, ਜਾਂ ਸੀਵਰੇਜ ਦੀ ਸਮੱਸਿਆ, ਪੀਣ ਵਾਲੇ ਪਾਣੀ ਦੀ ਸਮੱਸਿਆ, ਜਾਂ ਹੋਰ ਕੋਈ ਪਰਸਨਲ ਸਮੱਸਿਆਵਾਂ ਨੇ, ਉਹ ਜਾਣਕਾਰੀ ਵੱਖ ਵੱਖ ਥਾਵਾਂ 'ਤੇ ਬਹਿ ਕੇ ਲੈ ਲਈ ਦੀ ਹੈ ਅਤੇ ਉਹ ਬੜਾ ਸੁਭਾਵ ਢੰਗ ਨਾਲ ਹੋਇਆ। ਹੁਣ ਜਿਹੜੀ ਵੱਡੀ ਗੱਲ ਇਹ ਹੈ ਵੀ ਇੱਕ ਜਿਹੜੀ ਬੱਸ ਹੈ ਉਹ ਸੰਗਰੂਰ ਡੀਪੂ ਦੀ ਚੱਲਦੀ ਹੈ ਡਸਕੀ ਤੋਂ, ਅਤੇ ਮੈਂ ਚਾਹੁੰਦਾ ਸੀ ਜਾਂ ਦੁਕਾਨਦਾਰ ਚਾਹੁੰਦੇ ਸੀ ਆਪਣੇ ਕਿ ਉਹ ਬੱਸ ਜਿਹੜਾ 7 ਕਿਲੋਮੀਟਰ ਹੈਗਾ ਬਰੇਟਾ, ਉੱਥੋਂ ਬਰੇਟਾ ਤੋਂ ਸਟਾਰਟ ਹੋਈ ਬੱਚੀ ਗੱਲ ਹੈ। ਮੈਂ ਹੁਣੀ ਗੱਲ ਕੀਤੀ ਹੈ ਬੁਢਲਾਡਾ GM ਨਾਲ, PRTC ਨਾਲ, ਕਿ ਤੁਸੀਂ ਉਹ ਬੱਸ ਇੱਕ ਆਪਾਂ ਹੋਰ ਲਾਈਏ ਅਤੇ ਇਸ ਤੋਂ ਬਾਅਦ ਮੈਂ ਗੱਲ ਕਰੂੰਗਾ ਹੁਣੀ GM ਸੰਗਰੂਰ ਨਾਲ, PRTC ਜੋ GM ਹੈ, ਕਿ ਉਹ ਬੱਸ ਨੂੰ ਐਕਸਟੈਂਡ ਕਰਕੇ ਬਰੇਟਾ ਕੀਤਾ ਜਾਵੇ। ਸੋ ਕਾਫੀ ਗੱਲਾਂ ਕੀਤੀਆਂ ਨੇ, ਟੈਂਡਰ ਲੱਗਣੇ ਸੀਗੇ ਵੱਖ ਵੱਖ ਥਾਵਾਂ ਦੇ ਉੱਤੇ, EO ਦਫ਼ਤਰ ਦੇ ਜਿਹੜੇ ਹੈਗੇ ਸੀਗੇ JEE ਵਗੈਰਾ, ਇਹਨਾਂ ਸਾਨੂੰ ਬੁਲਾ ਕੇ ਇੱਥੇ ਕੋਈ ਲੋੜ ਪੈਂਦੀ ਹੈ ਬਰੇਟਾ ਪਿੰਡ ਕੰਨੀ ਕੋਈ ਆਪਣਾ ਇੱਕ ਗਰਾਊਂਡ ਬਣਾਉਣਾ ਹੈ, ਜਾਂ ਜਿੱਥੇ ਕੋਈ ਬੇਟੇ ਦੇ ਨਾਲ ਸ਼ਹਿਰ ਦੇ ਨਾਲ ਲੱਗਵੇਂ ਕੋਈ ਟੁੱਬ ਹੈ, ਗੰਦਾ ਟੁੱਬ ਹੈ, ਉਹਨੂੰ ਬੰਦ ਕਰਕੇ ਪਾਣੀ ਸੀਵਰੇਜ ਦਾ ਪਾ ਕੇ ਉੱਥੇ ਇੱਕ ਪਾਰਕ ਬਣਾਇਆ ਜਾਵੇ ਵਧੀਆ, ਅਤੇ ਉੱਥੇ ਆਪਣਾ ਜਿਹੜੀ ਤਹਿਸੀਲ ਹੈ ਉੱਥੇ ਬੈਠਣ ਨੂੰ ਜਗ੍ਹਾ ਹੀ ਨਹੀਂ ਹੈ ਨਹੀਂ, ਉੱਥੇ ਮੈਂ ਕਿਹਾ ਵੀ ਸ਼ੈੱਡ ਦਾ ਤੁਸੀਂ ਪਤਾ ਪਾਓ, ਸ਼ੈੱਡ ਲਾ ਕੇ ਪੀਣ ਵਾਲਾ ਪਾਣੀ ਦਾ ਰੰਡਾ ਇੰਤਜ਼ਾਮ ਕਰੀਏ। ਸੋ ਕਾਫੀ ਗੱਲਾਂ ਦਾ ਫੀਡਬੈਕ ਮਿਲਦੀ ਵੀ ਹੈ, ਅਬਦੇ ਬਾਅਦ ਵੀ ਮਿਲਦੀ ਹੈ ਕਿ ਲੋਕਾਂ ਦੀ ਸਮੱਸਿਆ ਤਾਂ ਲੋਕਾਂ ਦੇ ਵਿੱਚ ਜਾ ਕੇ ਪਤਾ ਲੱਗਦਾ। ਸੋ ਜਿੰਨੇ ਵੀ ਹੁੰਦੀਆਂ ਨੇ ਜਿਹੜੀਆਂ ਲੋਕਲ ਲੈਵਲ ਦੀਆਂ ਨੇ ਮੈਂ ਲੋਕਲ ਲੈਵਲ 'ਤੇ ਕਰੂੰਗਾ, ਜਿਹੜੀਆਂ ਗੱਲਾਂ ਕੋਈ ਮਾਨਸਾ ਲੈਵਲ 'ਤੇ DC ADC ਲੈਵਲ ਦੀਆਂ ਨੇ ਉੱਥੇ ਕਰਾਂਗੇ। ਜਿਵੇਂ NOC ਦਾ ਮਸਲਾ ਆ ਰਿਹਾ, NOC ਦੇ ਮਿਲਣ ਵਾਸਤੇ ਬਹੁਤ ਦੇਰ ਲੱਗ ਰਹੀ ਹੈ, ਅਤੇ ਉਹਨਾਂ ਬਾਰੇ ਮੈਂ ਵਧੀਆ ਗੱਲ ਹੋ ਗਈ ਕਿ ਸਾਡੇ ਸੁਨਾਮ ਦੇ MLA ਅਮਰੋੜਾ ਜੀ, ਉਹਨਾਂ ਨੂੰ ਹਾਊਸਿੰਗ ਅਤੇ ਸ਼ਹਿਰੀ ਡਿਵੈਲਪਮੈਂਟ ਦਾ ਡਿਪਾਰਟਮੈਂਟ ਮਿਲਿਆ। ਇਹ ਗੱਲ ਮੈਂ ਬੁਢਲਾਡੇ ਦੀ ਵੀ ਇਹ ਸਮੱਸਿਆ, ਸਾਰੀ ਸਮੱਸਿਆ ਸ਼ਹਿਰਾਂ ਦੀ, ਕਿ ਜਿਹੜੀ NOC ਹੈ ਦੇਰੀ ਹੋ ਰਹੀ ਹੈ, ਫੀਸ ਵੀ ਜ਼ਿਆਦਾ ਹੈ, ਫੋਰਮੈਲਿਟੀ ਵੀ ਜ਼ਿਆਦਾ ਨੇ, ਅਤੇ ਇਹ ਜਾ ਕੇ ਮੈਂ ਅਮਰੋੜਾ ਜੀ ਨਾਲ ਪਰਸੋਂ ਮੈਂ ਚੰਡੀਗੜ੍ਹ ਜਾਣਾ, ਉਹਦੇ ਨਾਲ ਗੱਲ ਕਰਾਂਗੇ। ਸੋ ਹੋਰ ਵੀ ਜਿੰਨੀਆਂ ਵੀ ਸਮੱਸਿਆਵਾਂ ਹੁੰਦੀਆਂ ਨੇ, ਜੇ ਚੰਡੀਗੜ੍ਹ ਸਮੱਸਿਆ ਮੈਂ ਜਾ ਕੇ ਚੰਡੀਗੜ੍ਹ ਸੰਬੰਧਿਤ ਮਹਿਕਮੇ ਦੇ ਜਿਹੜੇ ਮਿਨਿਸਟਰ ਨੇ, IAS ਅਧਿਕਾਰੀ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸੋ ਇਸ ਕਰਕੇ ਇੱਥੇ ਆ ਕੀ ਪਤਾ ਲੱਗਦਾ ਸਮੱਸਿਆ ਦਾ, ਉਹ ਆਉਣਾ ਮੇਰਾ, ਮੈਂ ਲਗਭਗ 2-3 ਦਿਨਾਂ ਬਾਅਦ ਲਾਜ਼ਮੀ ਗੇੜਾ ਮਾਰਦਾ, ਕਿਤੇ ਨਾ ਕਿਤੇ ਵੱਖ ਵੱਖ ਥਾਵਾਂ 'ਤੇ ਬਹਿ ਕੇ ਸਾਰੀ ਗੱਲਾਂ ਸੁਣਦੇ ਹਾਂ।